ਤੇ ਕਾਫੀ ਜ਼ਿਆਦਾ ਜਾਣਿਆਂ ਦੇ ਕਮੈਂਟ ਹੁੰਦੇ ਸੀ ਕਿ ਦੀਦੀ ਤੁਸੀਂ ਟਿਕਟਾਂ ਕਰਵਾ ਲਈਆਂ ਕਿ ਤੁਸੀਂ ਇੰਡੀਆ ਕਦੋਂ ਆਉਣਾ, ਤੇ ਟਿਕਟਾਂ ਤੇ ਅਜੇ ਨਹੀਂ ਕਰਵਾਈਆਂ ਕਿਉਂਕਿ ਅੱਜ ਹੋ ਗਈ ਆ ਸ਼ਾਇਦ 21 ਤਰੀਕ, ਹਾਂਜੀ 21 ਆ, ਹਾਂ ਪਤਾ ਨਹੀਂ ਮੈਨੂੰ, ਹਾਂ 21 ਆ ਕੁਛ, ਕਿਉਂਕਿ ਇਹਨਾਂ ਆਪਾਂ ਇਹਦੇ 25 ਅਕਤੂਬਰ ਨੂੰ ਇਹਦੇ ਫਿੰਗਰ ਆ, ਤੇ ਇਹਦੇ ਫਿੰਗਰ ਕਰਵਾਉਣ ਤੋਂ ਬਾਅਦ 40 ਦਿਨਾਂ ਬਾਅਦ ਵੈਸੇ ਨਾ ਪੇਪਰ ਆ ਜਾਂਦੇ ਆ, ਤੇ ਉਸ ਹਿਸਾਬ ਨਾਲ ਹੀ ਫਿਰ ਟਿਕਟ ਕਰਵਾਵਾਂਗੇ ਕਿਉਂਕਿ ਸ਼ਾਨ ਨੇ ਸਕੂਲ ਜਾਂਦਾ ਹੈਗਾ, ਕਿਉਂਕਿ ਸ਼ਾਨ ਨੂੰ ਸਕੂਲੋਂ ਇੰਨੀਆਂ ਛੁੱਟੀਆਂ ਨਹੀਂ ਮਿਲਦੀਆਂ, ਤੇ ਬਾਕੀ 1-2 ਦਿਨਾਂ ਤੱਕ ਮਤਲਬ ਕਿ ਜਿੱਦਣ ਇਹਦੇ ਫਿੰਗਰ ਹੋ ਗਏ ਪੇਪਰ ਆ ਗਏ ਉਸ ਹਿਸਾਬ ਨਾਲ ਹੀ ਹੋ ਜੂਗਾ ਇੱਦਾਂ। ਵੀ ਮੈਂ ਸੋਚਦੀ ਰਹੀ ਵੀ ਇੱਦਾਂ ਕਰਦੇ ਆਪਾਂ, ਮੈਂ ਤਾਂ ਗੁਰਸਾਹਿਬ ਇਕੱਲੇ ਹੀ ਇੰਡੀਆ ਚਲੇ ਜਾਂਦੇ ਹਾਂ ਅਤੇ ਹੋ ਆਉਂਦੇ ਹਾਂ ਕਿਉਂਕਿ ਸ਼ਾਮ ਨੂੰ ਤਾਂ ਛੁੱਟੀਆਂ ਨਹੀਂ ਹੈਗੀਆਂ, ਤਾਂ ਮੈਨੂੰ ਗਈ ਨੂੰ ਵੈਸੇ ਬਹੁਤ ਟਾਈਮ ਹੋ ਗਿਆ ਕਿਉਂਕਿ ਅੱਜ ਮੇਰੀ ਮੰਮੀ ਨਾਲ ਵੀ ਗੱਲ ਹੋਈ ਤਾਂ ਵੀ ਅੱਜ ਇੱਦਾਂ ਹੀ ਕਹਿੰਦੇ, ਕਹਿੰਦੇ 1 ਸਾਲ ਹੋ ਗਿਆ ਤੁਹਾਨੂੰ ਕਹਿੰਦੇ ਨੂੰ, ਪਤਾ ਕਿ ਇੰਨੀ ਮਜਬੂਰੀ ਹੈ ਨਾ ਜੇ ਹੁਣ ਸਾਰੀਆਂ ਹੀ ਮਤਲਬ ਕਿ ਜ਼ਿਆਦਾ ਕਰਕੇ ਆਪਾਂ ਕੁੜੀਆਂ ਨੂੰ ਹੀ ਹੁੰਦਾ ਵਾ ਵੀ ਹਾਂ ਵੀ ਆਪਣੇ ਮਾਂ ਪਿਓ ਕੋਲ ਚੱਲੀਏ, ਇਹ ਨਹੀਂ ਹੁੰਦਾ, ਇਹ ਨਹੀਂ ਮੈਂ ਸਿਰਫ ਗੱਲ ਕਰਦੀ ਕਿ ਹਾਂ ਵੀ ਮੈਂ ਆਪਣੇ ਪੇਕੇ ਘਰ ਦੀ ਗੱਲ ਕਰਦੀ ਕਿ ਮੈਂ ਜਾਣਾ, ਕਿਉਂਕਿ ਮੰਮੀ ਤਾਂ ਹੁਣ ਸਹੁਰੇ ਘਰ ਵਿੱਚ ਵੀ ਹੈਗੀ ਆ, ਉੱਥੇ ਭੂਈਆਂ ਵੀ ਆ, ਉਹ ਵੀ ਭੈਣਾਂ ਹੀ ਆ, ਜਿੱਦਾਂ ਦੀ ਪ੍ਰੀਤ ਆ, ਸੰਦੀਪ ਆ, ਉੱਦਾਂ ਦੀਆਂ ਉਹ ਆ, ਕਿਉਂਕਿ ਹੁਣ ਇੰਨਾ ਕੁ ਕਿਉਂਕਿ ਤਰਨ ਹੋ ਆਏ ਨਾ ਉਹ ਇੰਨਾ ਕੁ ਜ਼ਿਆਦਾ ਹੁਣ ਹੋ ਗਿਆ ਨਾ ਵੀ ਜਾਣਾ ਜਾਣਾ। ਉਹ ਅੱਜ ਵੀ ਮੈਂ ਘਰ ਗੱਲ ਕਰਦੀ ਸੀ ਆਪਣੇ ਘਰ ਸਹੁਰੇ ਫੈਮਲੀ 'ਚ ਫੋਨ ਲਾਇਆ ਸੀ, ਅਤੇ ਉੱਥੇ ਵੀ ਮੈਂ ਅੱਜ ਉਹਨਾਂ ਨੂੰ ਕਹਿਣ ਡਈ ਸੀ ਆਪਣੇ ਤੋਂ ਵੱਡੀ ਦੀਦੀ ਨੂੰ ਵੀ ਦਿਲ ਕਰਦਾ ਸਾਰਾ ਕੁਛ ਛੱਡ ਕੇ ਨਾ ਇੱਕ ਵਾਰੀ ਇੰਡੀਆ ਆ ਜਾ, ਮੈਂ ਹੁਣ ਮਜਬੂਰੀ ਇਹ ਆ ਕਿ ਸਾਹਿਬ ਦੇ ਪੇਪਰ ਨਹੀਂ ਹੈਗੇ, ਅਤੇ ਸਿਰਫ ਮਜਬੂਰੀ ਕਰਕੇ ਚੁੱਪ ਜੀ ਕਰਕੇ ਬੈਠੀ ਹਾਂ, ਨਹੀਂ ਤਾਂ ਨਾ ਦਿਲ ਕਰਦਾ ਬਸ ਚੱਲ ਜਾ, ਆਹ ਮੇਰੀ ਚੈਨ ਛੱਡ ਦੇ, ਦਿਲ ਕਰਦਾ ਵਾ ਕਿ ਬਸ ਚੱਲ ਹੀ ਜਾਵਾਂ ਚੱਲ ਜਾਵਾਂ। ਬਹੁਤ ਜ਼ਿਆਦਾ ਮਤਲਬ ਕਿ ਮੈਂ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਿਆ ਵਾ ਕਿ ਨਹੀਂ ਵੀ ਚਲੋ ਕੋਈ ਗੱਲ ਨਹੀਂ, ਹੌਸਲਾ ਹੌਸਲਾ ਜਿਹਾ ਕਰ ਕੀਤਾ ਆ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਅਤੇ ਟਿਕਟ ਕਰਵਾਈ ਨਹੀਂ ਹੈ ਜਦੋਂ ਇਹਦੇ ਫਿੰਗਰ ਹੋ ਗਏ, ਅਤੇ ਮੇਰਾ ਤਾਂ ਇਰਾਦਾ ਕਿ ਮੈਂ ਉਦੋਂ ਹੀ ਚੱਲ ਜਾ, 2 ਮਹੀਨੇ ਰਹਿ ਕੇ ਫਿਰ ਆਵਾਂਗੇ, ਅਤੇ ਕਿਉਂਕਿ ਅਸੀਂ ਸਲਾਹ ਕੀਤੀ ਸੀ ਦੋਵਾਂ ਜੀਆਂ ਨੇ ਵੀ ਜਦੋਂ ਗੁਰਸ਼ਾਨ ਨੂੰ ਛੁੱਟੀਆਂ ਹੋਣਗੀਆਂ ਉਦੋਂ ਆਪਾਂ 3 ਮਹੀਨੇ ਚੱਲਾਂਗੇ, ਪਰ ਮੇਰਾ ਦਿਲ ਕਰਦਾ ਕਿ ਮੈਂ ਬਸ ਸਾਹਿਬ ਦੇ ਪੇਪਰ ਹੋਣ ਅਤੇ ਮੈਂ ਹੁਣੇ ਚੱਲੇ ਜਾਵਾਂ। ਇੱਦਾਂ ਦੀ ਮਜਬੂਰੀ ਹੋਈ ਆ ਕਿਉਂਕਿ ਨਾ ਤਾਂ ਛੱਡ ਕੇ ਜਾ ਸਕਦਾ ਘਰ ਬੰਦਾ, ਨਾ ਰਹਿ ਸਕਦਾ, ਨਾ ਅੱਗੇ ਜੋਗਾ ਨਾ ਬੰਦਾ ਪਿੱਛੇ ਜੋਗਾ, ਅਸੀਂ ਤਾਂ ਅੱਧ ਵਿੱਚ ਘਰ ਵਾਲੇ ਫਸੇ ਵਾਲਾ ਹਿਸਾਬ ਆ, ਸਿਰਫ ਇਹੀ ਮਜਬੂਰੀ ਆ, ਨਹੀਂ ਤਾਂ ਦਿਲ ਸੱਚੀ ਗੱਲ ਅੱਜ ਮੇਰਾ ਜਦੋਂ ਮੰਮੀ ਹੋਣਾਂ ਨਾਲ ਗੱਲ ਹੋਈ ਨਾ ਮੈਂ ਉਹਨਾਂ ਨੂੰ ਵੀ ਕਹਿਣ ਡੀ ਸੀ, ਮੈਂ ਦਿਲ ਕਰਦਾ ਸਭ ਕੁਛ ਛੱਡ ਕੇ ਨਾ ਇੱਕ ਵਾਰੀ ਵੀ ਕਿਤੇ ਚੱਲ ਜੀ, ਇਹ ਨਹੀਂ ਹੈ ਕਿ ਇੰਡੀਆ ਹੀ ਅਜੇ ਜੀ, ਕਹਿੰਦਾ ਬਸ ਉਵੇਂ ਬੰਦਾ ਜਦੋਂ ਇੱਕ ਥਾਂ 'ਤੇ ਰਹਿ ਰਹਿ ਕੇ 4-5 ਸਾਲ ਰਹਿੰਦਾ ਹੋਵੇ, ਹੋ ਵੀ ਗਏ ਆ 5 ਸਾਲ, ਤਾਂ ਬਹੁਤ ਜ਼ਿਆਦਾ ਔਖਾ ਹੋਇਆ ਪਿਆ ਆ। ਸਾਹਿਬ ਨੇ ਵੀ ਜਾਣਾ ਵਾ, ਮੰਮਾ ਕੋ, ਭੂਈਆਂ ਕੋ, ਬਾਛੀ ਕੋ, ਮਾਮੀ ਕੋ, ਸਾਰੇ ਕੋ ਜਾਣਾ ਆ, ਮਾਮੂ ਕੋ ਵੀ ਜਾਣਾ ਆ, ਡੈਡ ਜੀ ਕੋ ਵੀ ਜਾਣਾ ਆ। ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਅਤੇ ਪਤਾ ਨਹੀਂ ਅੱਜ ਤਾਂ ਇਹਨਾਂ ਕੁਛ ਜ਼ਿਆਦਾ ਹੀ ਹੁੰਦਾ, ਜਦੋਂ ਮੰਮੀ ਨੇ ਵੀ ਅੱਜ ਕਿਹਾ ਕਹਿੰਦੇ ਪੂਰਾ 1 ਸਾਲ ਹੋ ਗਿਆ ਤੈਨੂੰ ਕਹਿੰਦੀ ਨੂੰ, ਮੈਂ ਹੁਣ ਕੀ ਕਰਾਂ ਜੇ ਮੈਂ ਨਹੀਂ ਆ ਸਕਦੀ, ਮੈਂ ਤਰਨ ਹੋਣਾ ਨੂੰ ਘੱਲਤਾ, ਕਹਿੰਦੇ ਉਹ ਵੀ ਕਾਹਦਾ ਘੱਲਤਾ 15 ਦਿਨ ਵਾਸਤੇ, ਪਰ ਮੈਂ ਕਿਹਾ ਹੁਣ ਮੈਂ ਕਰ ਕੀ ਸਕਦੀ ਹਾਂ, ਮਜਬੂਰੀ ਆ, ਸ਼ਾਨ ਦੇ ਸਕੂਲ ਲੱਗਣ ਵਾਲੇ ਸੀ, ਤਰਨ ਨੂੰ ਪਹਿਲਾਂ ਕੰਮ ਤੋਂ ਛੁੱਟੀ ਨਹੀਂ ਮਿਲੀ ਸੀ, ਕੀ ਸਕਦਾ ਸਭ ਕੁਛ ਮਤਲਬ ਕਿ ਉਲਝਿਆ ਜਿਹਾ ਪਿਆ ਵਾ ਕੰਮ, ਕੁਛ ਨਹੀਂ ਸਮਝ ਲੱਗਦੀ, ਨਾ ਬੰਦਾ ਇੱਥੇ ਛੱਡ ਕੇ ਜਾਣ ਜੋਗਾ, ਨਾ ਉੱਥੇ ਬੰਦਾ ਰਹਿਣ ਜੋਗਾ, ਸਿਰਫ ਇੰਨੀ ਕੁ ਮਜਬੂਰੀ ਹੈ ਨਾ, ਕੁਛ ਨਹੀਂ ਬੰਦਾ, ਨਾ ਤਾਂ ਹੁਣ ਇਹਦੇ ਪੇਪਰ ਹੈਗੇ ਆ। ਹਾਂਜੀ ਕਿੱਥੇ ਜਾਣਾ ਆ, ਮੈਨੂੰ ਲੱਗਦਾ ਇਹ ਮੇਰੇ ਨਾਲ ਜ਼ਿਆਦਾ ਕਾਹਲਾ ਆ ਇੰਡੀਆ ਜਾਣ ਨੂੰ, ਤੁਸੀਂ ਜ਼ਿਆਦਾ ਕਾਹਲਾ ਇੰਡੀਆ ਜਾਣ ਨੂੰ, ਹੈਂ ਮੇਰੇ ਪੁੱਤ ਨੂੰ ਇੰਡੀਆ ਜਾਣਾ ਆ ਇਹ ਬੁੱਬੀ 'ਚ, ਮੈਨੂੰ ਲੱਗਦਾ ਇਹਨਾਂ ਮੂੰਹ 'ਚ ਕੁਝ ਪਾਇਆ ਆ, ਮੈਂ ਕੱਢਿਆ ਵਾ ਪਰ ਮੈਨੂੰ ਲੱਗਦਾ ਫਿਰ ਵੀ ਕੁਛ ਪੈ ਗਿਆ, ਰਹਿ ਗਿਆ ਇਹਨੇ ਮੂੰਹ 'ਚ, ਕਿਉਂਕਿ ਕਦੀ ਕਿਤੇ ਵੜ ਜਾਂਦਾ ਵਾ ਮੇਰੇ ਅੱਖਾਂ ਤੋਂ, 1 ਸੈਂਡ ਤੋਂ ਇੱਧਰ ਦਾ ਉੱਧਰ ਹੋ ਜਾਂਦਾ ਆ। ਸਾਹਿਬ ਅਤੇ ਇੱਕ ਦੀਦੀ ਨੇ ਨਾ ਮੈਸੇਜ ਕੀਤਾ ਸੀ ਕਿ ਤੁਸੀਂ ਦੱਸਿਓ ਵੀ ਗੁਰ ਸਾਹਿਬ ਨੂੰ ਤੁਸੀਂ ਕਿਹੜੇ ਬੋਡੀ ਵੋਸ਼ਨਾਂ ਨੂੰ ਵਾਲਦੇ ਹੋ ਜਾਂ ਇਹਨੂੰ ਕੀ ਲਾਉਂਦੇ ਹੋ, ਇਹਨੂੰ ਆਪਾਂ ਦੀਦੀ ਬਹੁਤ ਮਤਲਬ ਕਿ ਪਹਿਲਾਂ ਤਾਂ ਵੈਸੇ ਮੈਂ ਇਹਨੂੰ ਨਿਰੇ ਸਾਬਣ ਹੀ ਲਾਉਂਦੀ ਰਹੀ, ਪਰ ਨਾ ਸਕਿੰਨ ਸ਼ਾਇਦ ਸੈਂਸਿਟਿਵ ਜ਼ਿਆਦਾ ਹੈ ਇਹਦੀ, ਇਹਦਾ ਨਾ ਸਾਰੇ ਸਰੀਰ ਦੇ ਉੱਤੇ ਨਾ ਰੈਸ਼ ਜਿਹੇ ਹੋ ਗਏ, ਜਿੱਦਾਂ ਹਾਰਡ ਜਿਹੀ ਸਕਿੰਨ ਹੋ ਗਈ ਸੀ, ਅਤੇ ਡਾਕਟਰ ਨੂੰ ਚੈੱਕ ਕਰਾਇਆ ਸੀ ਅਤੇ ਉਹ ਕਹਿੰਦਾ ਸੀ ਆ ਗਏ ਪੁੱਤ ਵੀ ਇਹਨੂੰ ਤੁਸੀਂ ਜਿਹੜਾ ਮਾਰਕੀਟ 'ਚੋਂ ਸਾਬਣ ਵਗੈਰਾ ਮਿਲਦਾ ਨਾ ਬੱਚਿਆਂ ਦਾ ਉਹ ਨਹੀਂ ਲਾਉਣਾ, ਡਾਕਟਰ ਨੇ ਆਪਣੇ ਵੱਲੋਂ 1 ਕਰੀਮ ਅਤੇ 1 ਸਾਬਣ ਲਿਖ ਕੇ ਦਿੱਤਾ ਸੀ, ਇਹਨੂੰ ਅਸੀਂ ਜ਼ਿਆਦਾ ਕਰਕੇ ਉਹੀ ਲਾਉਂਦੇ ਹਾਂ, ਹੁਣ ਥੋੜ੍ਹੇ ਕੁ ਦਿਨ ਹੋਏ 2-4 ਦਿਨ ਹੋਏ ਇਹਦੀ ਨਾ ਖਤਮ ਹੋ ਗਈ ਹੈ ਸਭ, ਇਹਦੇ ਜਿਹੜਾ ਡਾਕਟਰ ਨੇ ਸਾਬਣ ਦਿੱਤਾ ਸੀ ਉਹ ਵੀ 1 ਕਰੀਮ ਵਾਂਗੂ ਹੀ ਬੋਟਲ ਦੇ ਵਿੱਚ ਹੀ ਜਿੱਦਾਂ ਕਰੀਮ ਹੁੰਦੀ ਆ, ਅਤੇ ਉਹ ਹੁਣ ਇਹਦਾ ਖਤਮ ਹੋ ਗਿਆ, ਹੁਣ ਇਹਦੀ ਸਕਿੰਨ ਫਿਰ ਉੱਦਾਂ ਦੀ ਹੋਈ ਆ,
तो वह काफ़ी मेरे हिसाब ना कोई 20-25 हज़ार उदी आती है, एक साबण का एक क्रीम का। तो हूँ मैं तुम्हें कहती ही भी इनू लिया दीए, नहीं तो औखा है जी, स्किन फिर उदा ही हूँ डी। चलो जी ठीक है, ओके जी, बाय जी, सत श्री अकाल जी सारे नू।